ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਉਮੀਦ ਕਰਦਾ ਸਾਰਿਆਂ ਨੂੰ ਦਿਨ ਵਧੀਆ ਜਾ ਰਿਹਾ ਹੋਊਗਾ, ਕਿਉਂਕਿ ਅੱਜ ਇੱਕ ਬੜੀ ਵੱਡੀ ਮਹਾਨ ਹਸਤੀ ਦਾ ਜਨਮ ਦਿਨ ਹੈ। ਦੁਨੀਆਂ ਦੇ ਲੱਖਾਂ ਕਰੋੜਾਂ ਫੇਸਬੁੱਕੀ ਵਿਦਵਾਨਾਂ ਦੇ ਵਿੱਚੋਂ, ਫੇਸਬੁੱਕੀ ਬੁੱਧੀਜੀਵੀਆਂ ਦੇ ਵਿੱਚੋਂ ਇੱਕ ਬੁੱਧੀਜੀਵੀ ਦਾ ਜਨਮ ਦਿਨ ਅੱਜ। ਹੈਪੀ ਬਰਥਡੇ ਸ਼ੇਖਾ ਜੀ। ਇਹਨਾਂ ਨੇ ਵੀਰ ਹੋਣਾ ਨੇ ਬੁੱਕ ਲਿਖੀ ਸੀਗੀ ਇੱਕ, ਕੀ ਦਾ ਸੀ ਬੁੱਕ ਦਾ? ਬਲੱਡ ਲਾਈਨ। ਮੇਕ ਸ਼ੋਰ ਕਰਿਓ ਤੁਸੀਂ ਸਾਰੇ ਜਾਣੇ ਸ਼ੇਖ ਇਸਤਾਦ ਦੀ ਬੁੱਕ ਨੂੰ ਜ਼ਰੂਰ ਪੜ੍ਹੋ। ਆਪਣੇ ਨਾਲ ਗਵਾਂਢੀ ਪਿੰਡਾਂ ਦਾ ਆਪਣਾ ਭਰਾ ਹੈ, ਪਿੰਡ ਮੱਖ ਹੈ ਬਾਈ ਦਾ, ਅਤੇ ਵੀ ਮੈਂ ਕਹਿੰਦਾ ਵੀ ਅੰਤਾਂ ਦੀ ਕਹਿੰਦੇ ਹੁੰਦੇ ਵੀ ਸ਼ਿੱਦਤ ਦੇ ਨਾਲ ਉਹ ਬੁੱਕ ਲਿਖੀ ਗਈ ਹੈ, ਅਤੇ ਸਾਰੇ ਜਾਣੇ ਹੋ ਸਕਿਆ ਤਾਂ ਪੜ੍ਹਿਓ ਇੱਕ ਵਾਰੀ। ਸ਼ੇਖਾ ਜੀ, ਇੱਕ ਤਾਂ ਤੁਹਾਡਾ ਜਨਮ ਦਿਨ ਅੱਜ, ਕੀ ਸ਼ੁਭ ਸਮਾਚਾਰ ਜਾਂ ਕੀ ਚੰਗੀਆਂ ਗੱਲਾਂ ਸੁਣਾਉਣੀਆਂ ਚਾਹੋਗੇ ਆਪਣੇ ਭੈਣਾਂ ਭਰਾਵਾਂ ਨੂੰ ਆਪਣੇ? ਬਸ ਬਈ ਪੜ੍ਹਦੇ ਰਹੋ, ਕਿਤਾਬਾਂ ਪੜ੍ਹੋ ਜ਼ਿਆਦਾ ਤੋਂ ਜ਼ਿਆਦਾ। ਕੀ ਰਿਕਮੈਂਡ ਕਰੋਗੇ ਤੁਸੀਂ ਵੀ ਕੀ ਪੜ੍ਹਿਆ ਜਾਵੇ? ਜਸਵੰਤ ਕੰਬਲ ਨੂੰ ਪੜ੍ਹੋ ਬਈ, ਬਲਵੰਤ ਗਾਰਗੀ ਨੂੰ ਪੜ੍ਹੋ, ਸ਼ਿਵ ਨੂੰ ਪੜ੍ਹੋ, ਪਾਸ਼ ਨੂੰ ਪੜ੍ਹੋ, ਜਿੰਨੇ ਵੀ ਮਹਾਨ ਰਾਈਟਰ ਹੋਏ ਆ ਸਾਰਿਆਂ ਨੂੰ ਪੜ੍ਹੋ, ਚੰਗਾ ਸੁਣੋ। ਕੁਛ ਚੀਜ਼ਾਂ ਇੰਟਰਟੇਨਮੈਂਟ ਵਾਸਤੇ ਹੁੰਦੀਆਂ ਨੇ, ਸਾਨੂੰ ਇੰਟਰਟੇਨਮੈਂਟ ਵਾਸਤੇ ਵੀ ਕੁਛ ਚੀਜ਼ਾਂ ਨੂੰ ਸੁਣਨਾ ਚਾਹੀਦਾ। ਇਹ ਨਹੀਂ ਹੁੰਦਾ ਹੈਗਾ ਮਤਲਬ ਕਿ ਹਰ ਟਾਈਮ ਬੁੱਧੀਜੀਵੀ ਬਣੇ ਰਹੋ। ਕਈ ਵਾਰੀ ਤੁਹਾਡਾ ਦਿਮਾਗ ਮਤਲਬ ਕਿ ਫਰਸਟ੍ਰੇਟ ਹੁੰਦਾ, ਆਪਦੀ ਫਰਸਟ੍ਰੇਸ਼ਨ ਦੂਰ ਕਰਨ ਵਾਸਤੇ ਵੀ ਅਸੀਂ ਮਿਊਜ਼ਿਕ ਸੁਣਦੇ ਹਾਂ। ਮਿਊਜ਼ਿਕ ਦੇ ਵਿੱਚੋਂ ਤੁਸੀਂ ਹਰ ਇੱਕ ਨੂੰ ਆਪਦੇ ਆਪ ਨੂੰ ਉਹ ਨਾ ਕੱਢੋ ਵੀ ਜਿਹੜੇ ਬੰਦੇ ਗਾਉਂਦੇ ਨੇ ਉਹ ਵੀ ਮਹਾਨ ਹੀ ਹੋਣਗੇ ਜਾਂ ਮਤਲਬ ਕਿ ਉਹ ਇਕੱਲੇ ਸਮਾਜ ਸੇਵਕ ਦਾ ਕੰਮ ਕਰਦੇ ਨੇ, ਕਿਸੇ ਦੀ ਫਰਸਟ੍ਰੇਸ਼ਨ ਦੂਰ ਵੀ ਕਰਦੇ ਨੇ। ਅੱਜ ਆਪਾਂ ਸ਼ੇਖ ਦੀ ਫਰਸਟ੍ਰੇਸ਼ਨ ਦੂਰ ਕਰਵਾ ਰਹੇ ਹਾਂ ਆਪਣੇ ਲਾਈਵ ਤੋਂ ਅੱਗੇ। ਮੈਂ ਤੂੰ ਯਾਰ ਅੱਜ ਬੋਲ ਖੁੱਲ ਦਿਲ, ਮੈਂ ਕੋਈ ਨਹੀਂ 10 ਮਿੰਟ ਮੈਂ ਲਾਈਵ ਆਪਣੇ ਜਿਹੜੇ ਚਾਹੁਣ ਵਾਲੇ ਨੇ ਸਾਰੇ ਉਹ ਟਾਈਮ ਕੱਢ ਲੈਣਗੇ, ਤੂੰ ਪੜਾਸ ਕੱਢ। ਮੈਂ ਕਿਹਾ ਜਿਹੜੀ ਅੱਜ ਜਿੰਨੀ ਪੜਾਸ ਰਹੀ ਹੈ ਨਾ ਵੀ ਜਿਹੜੀ ਬੁੱਧੀਜੀਵੀ ਵਾਲੀ ਪੜਾਸ, ਕੋਈ ਹੋਰ ਵਿਚਾਰ ਪੇਸ਼ ਕਰਨਾ ਚਾਹੋ ਤੁਸੀਂ? ਇੰਟਰਟੇਨਮੈਂਟ ਕਰਦੇ ਆ ਜਿੰਨੇ ਵੀ ਤੁਸੀਂ ਮੇਰੇ ਦੋਸਤ ਹੋ ਜਿਨ੍ਹਾਂ ਨੂੰ ਵੀ ਪੜ੍ਹਨ ਦਾ ਸ਼ੌਂਕ ਹੈਗਾ ਸਾਰੇ, ਮਨਜਿੰਦਰ ਮਾਖਾ ਮੇਰਾ ਇੰਸਟਾਗ੍ਰਾਮ ਪੇਜ ਹੈਗਾ, ਤੇ ਉਹਦੇ ਉੱਤੇ ਤੁਸੀਂ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ, ਤੁਸੀਂ ਵੀ ਪੜਾਸ ਕੱਢ ਸਕਦੇ ਹੋ ਮੇਰੇ ਨਾਲ, ਖਰੀਦ ਸਕਦੇ ਹੋ। ਸਾਹਿਤਕ ਸਾਥ ਮੇਰਾ ਮਤਲਬ ਕਿ ਇੱਕ ਇੰਸਟਾਗ੍ਰਾਮ 'ਤੇ ਹੋਰ ਪੇਜ ਆ ਜਿੱਥੇ ਮੈਂ ਲਿਖ ਕੇ ਲਿਖਤਾਂ ਪਾਉਣਾ, ਆਪਦੀ ਸ਼ਾਇਰੀ ਪਾਉਣਾ ਗਾ, ਤੁਸੀਂ ਉਹਨੂੰ ਫੋਲੋ ਕਰੋ ਅਤੇ ਪੜ੍ਹਦੇ ਰਹੋ ਸਾਰੇ ਬਈ, ਜ਼ਿਆਦਾ ਤੋਂ ਜ਼ਿਆਦਾ ਪੜ੍ਹੋ। ਅਤੇ ਬਾਕੀ ਅੱਜ ਮੈਂ ਤੁਹਾਨੂੰ ਇਹ ਕਹਿਣਾ ਸੀ ਵੀ ਬੁੱਧੀਜੀਵੀਆਂ ਦੇ ਪਿੱਪਲ ਦਾ, ਪਿੱਪਲ ਕਹਿ ਸਕਦੇ ਬੋਰਡ ਦਾ, ਜਿਹੜੀਆਂ ਡੂੰਘੀਆਂ ਜਿਹੜਾ ਹੁੰਦੀਆਂ, ਵੀ ਸ਼ੇਖਾ ਜੀ ਦਾ ਅੱਜ ਜਨਮ ਦਿਨ ਹੈ, ਇਸ ਮਹਾਨ ਦਿਵਸ 'ਤੇ ਇਹਨਾਂ ਨੇ ਜਨਮ ਪ੍ਰਾਪਤ ਕੀਤਾ ਸੀ ਅਤੇ ਇਸ ਧਰਤੀ ਨੂੰ ਭਾਗ ਲਾਏ ਸੀ, ਸਾਡੇ ਜ਼ਿਲ੍ਹੇ ਦਾ ਸਾਡੇ ਏਰੀਏ ਦਾ ਮਾਣ ਹੈ ਮਨਜਿੰਦਰ ਮਾਖਾ ਜੀ, ਅਤੇ ਆਨੰਦ ਮੰਗਲ ਸੁਣਾ ਰਹੇ, ਆਨੰਦ ਮੰਗਲ, ਆਨੰਦ ਮੰਗਲ ਫਿਕਰਾਂ ਦਾ ਲਾਹ ਦੇ ਸੰਗ, ਸ਼ਾਇਰ ਅੱਖਰਾਂ ਦੀ ਕਰ ਤੂੰ ਖੇਤੀ, ਲਿਖਤਾਂ ਦਾ ਅਗਾ ਦੇ ਜੰਗਲ, ਆਨੰਦ ਮੰਗਲ, ਆਨੰਦ ਮੰਗਲ, ਕੀ ਬਾਤ ਹੈ ਜੀ, ਧੰਨਵਾਦ। ਸ਼ੇਖ ਦਾ ਜਨਮਦਿਨ ਹੈ ਜੀ, ਹੈਪੀ ਬਰਥਡੇ ਕਹਿ ਦਿਓ ਸਾਰਿਆਂ ਨੂੰ। ਚਲੋ ਇਹ ਤਾਂ ਆਪਾਂ 10 ਮਿੰਟ ਹਾਸਾ ਮਜ਼ਾਕ ਕਰ ਰਹੇ ਸੀ, ਅੱਜ ਮੈਂ ਤੁਹਾਨੂੰ ਅੱਜ ਅਸੀਂ ਸਾਰੇ ਵਿਹਲੇ ਸੀ, ਮੇਨਲੀ ਮਕਸਦ ਤਾਂ ਇਹ ਸੀਗਾ ਵੀ ਘਰ ਬੈਠੇ ਸੀ ਅੱਜ ਅਸੀਂ, ਸਾਡੇ ਕੋਲ ਕੰਮ ਕਰਨ ਪੜਨ ਨੂੰ ਕੁਝ ਨਹੀਂ ਸੀਗਾ, ਅਤੇ ਆਪਣਾ ਭਰਾ ਯਾਰ ਇੱਕ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣਾ ਘਰ ਪੈ ਰਿਹਾ, ਹਵੇਲੀ ਪੈ ਰਹੀ ਹੈਗੀ, ਅਤੇ ਹਵੇਲੀ ਕਹਿ ਲਓ ਸਾਡਾ ਤਾਂ ਘਰ ਹੀ, ਆਪਣਾ ਤਾਂ ਘਰ ਹੀ ਆ ਸਾਰਿਆਂ ਦਾ, ਹੈ ਨਾ, ਠੀਕ ਹੈ। ਅਤੇ ਇੱਥੇ ਇੱਕ ਬੰਦਾ ਕੰਮ ਕਰਦਾ ਬਾਈ, ਹੈ ਨਾ, ਇਹ ਘਰ ਨੂੰ ਬਣਾਉਣ 'ਚ ਬੜੇ ਬਾਈ ਦੀ ਬੜੀ ਸ਼ਮੂਲੀਅਤ ਹੈ, ਹੈ ਨਾ, ਅਤੇ ਬਾਈ ਉੱਦਾਂ BA ਕਰਦਾ ਸੀਗਾ ਪਰ ਉਹਨੇ ਛੱਡਤੀ, ਹੈ ਨਾ, ਘਰ ਦੇ ਹਾਲਾਤਾਂ ਕਰਕੇ ਛੱਡਤੀ ਜਾਂ ਕੁਛ ਕੁ ਸਰਕਮਸਟਾਂਸ ਇਹੋ ਜਿਹੇ ਸੀ, ਪਰ ਬੰਦਾ ਗਾਉਂਦਾ ਬਹੁਤ ਘੈਂਟ ਆ। ਮੈਂ ਤੁਹਾਡੇ ਅੱਗੇ ਪੇਸ਼ ਕਰਨਾ ਸੀਗਾ, ਇਹਨੇ ਬਾਈ ਨੇ ਮੈਨੂੰ ਸੁਣਾਇਆ ਸੀ ਗਾਣਾ ਜਦੋਂ ਅਸੀਂ ਘਰ ਪਾਉਣ ਲੱਗੇ, ਮੈਨੂੰ ਕਹਿੰਦਾ ਬਾਈ ਮੈਂ ਗਾਉਣਾ, ਮੈਂ ਯਾਰ ਆਪ ਲਿਖ, ਹੈ ਨਾ, ਫਿਰ ਗਾਵਾਂਗੇ, ਹੈ ਨਾ, ਵੀ ਤੇਰਾ ਫਿਰ ਗਵਾਵਾਂਗੇ, ਮੈਂ ਯਾਰ ਗਾਉਣਾ ਤੂੰ ਸੋਹਣਾ, ਪਰ ਮੈਂ ਆਪਾਂ ਮੈਨੂੰ ਇਹੀ ਹੁੰਦਾ ਵੀ ਯਾਰ ਤੂੰ ਵਧੀਆ ਗਾਉਣਾ ਚਾਹੀਦਾ, ਹੈ ਨਾ, ਅਤੇ ਉਸਤਾਦ ਅਤੇ ਮੈਂ ਤੁਹਾਨੂੰ ਸੁਣਾਉਣ ਬਾਈ ਹੁਣ ਮੈਂ ਪੇਸ਼ ਕਰੂੰਗਾ ਬਾਈ ਨੂੰ, ਵੀ ਹੁਣ ਮੈਂ ਤੁਹਾਨੂੰ ਕੀ ਪੇਸ਼, ਵੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਵੀ ਬਾਈ ਨੂੰ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ, ਤੁਸੀਂ ਮਾੜਾ ਜਿਹਾ ਚੈੱਕ ਕਰੋ ਵੀ ਬਾਈ ਨੇ ਯਾਰ ਵਧੀਆ ਮਿਹਨਤ ਕੀਤੀ, ਮੈਨੂੰ ਤਾਂ ਵਧੀਆ ਲੱਗਿਆ, ਹੈ ਨਾ, ਤਾਂ ਫਿਰ ਆਪਾਂ ਬਾਈ ਦੀ ਹੈਲਪ ਕਰਾਂਗੇ ਪ੍ਰੋਪਰ ਤਰੀਕੇ ਨਾਲ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਲੈ ਉਸਤਾਦ ਸੁਣਾ ਦੇ, ਕੀ ਨਾਂ ਹੈ ਉਸਤਾਦ ਤੇਰਾ? ਗੋਰਾ। ਇਹਦਾ ਬਾਈ ਦਾ ਪਿੰਡ ਭੁੰਦੜਾ ਬਾਈ, ਆਪਣੇ ਰਾਮਪੁਰੇ ਕੋਲ, ਅਤੇ ਇਹ ਗੋਰਾ ਬਾਈ
ਕੀ ਕੁਆਲੀਫਿਕੇਸ਼ਨ ਕੀ ਹੈ ਸਤਾ ਤੇਰੀ? ਮੈਂ ਗ੍ਰੈਜੂਏਸ਼ਨ ਕਰਨ ਲੱਗ ਗਿਆ ਸੀ ਬਈ, ਛੱਡਤੀ ਫਿਰ। ਅੱਛਾ, ਤੇ ਉਂ ਬਈ ਇਹ ਮਿਸਤਰੀ ਪੁਣੇ ਦਾ ਕੰਮ ਕਰਦਾ, ਜਿੰਨਾ ਵੀ ਆਪਣਾ ਘਰ ਖੜਾ ਕੀਤਾ ਬਾਈ ਨੇ, ਇਹਨੇ ਖੜਾ ਕੀਤਾ ਹੈਗਾ। ਠੀਕ ਹੈ, ਇਹ ਤੇਰੇ ਭਰਾ ਨੇ ਦੋ ਤਿੰਨ, ਠੀਕ ਹੈ, ਉਹਦੇ ਇਹਦੇ ਭਰਾ ਵੀ ਬਹੁਤ ਕਰਦੇ ਨੇ ਇਹਦਾ, ਅਤੇ ਵਧੀਆ ਬੰਦਾ। ਅਤੇ ਜਾਨ ਗਾਣਾ ਸੁਣਾ ਦੇ, ਸੁਣਾ ਵਧੀਆ ਖੋਲ ਕੇ ਆਵਾਜ਼ ਜੀ ਸੁਣਾ। ਹਾਂ ਨਰਵਸ ਨਾ ਹੋਈ ਜਮੀ। ਜਿੰਨਾ ਕਰਦਾ ਮੈਂ ਉਹ ਵੀ ਤਾਂ ਨਹੀਂ ਕਰਦੀ ਸੀ, ਹਰ ਗੱਲ ਉੱਤੇ ਹਾਂ ਮੇਰੀ ਵਿੱਚ ਹਮੀ ਭਰਦੀ ਸੀ। ਜਿੰਨਾ ਕਰਦਾ ਮੈਂ ਉਹ ਵੀ ਤਾਂ ਨਹੀਂ ਕਰਦੀ ਸੀ, ਹਰ ਗੱਲ ਉੱਤੇ ਹਾਂ ਮੇਰੀ ਵਿੱਚ ਹਮੀ ਭਰਦੀ ਸੀ। ਐਵੇਂ ਤਾਂ ਨਹੀਂ ਦੂਰ ਹੋ ਗਈ, ਕਿਸੇ ਗੱਲੋਂ ਮਜਬੂਰ ਹੋ ਗਈ। ਪਿਆਰ ਨਿਸ਼ਾਨੀਆਂ ਮੈਨੂੰ ਜਦਿਓ, ਪਿਆਰ ਨਿਸ਼ਾਨੀਆਂ ਮੈਨੂੰ ਜਦਿਓ ਮੋੜਨ ਲੱਗੀ ਸੀ, ਮੇਰੇ ਗਲੇ ਲੱਗ ਲੱਗ ਕੇ ਰੋਈ ਜਦਿਓ ਤੋੜਨ ਲੱਗੀ ਸੀ, ਮੇਰੇ ਗਲੇ ਲੱਗ ਲੱਗ ਕੇ ਰੋਈ ਜਦਿਓ ਤੋੜਨ ਲੱਗੀ ਸੀ। ਹਰ ਪਲ ਮੇਰੇ ਸਾਹਦੇ ਵਿੱਚ ਸਾਇਓ ਲੈਂਦੀ ਸੀ, ਤੇਰੇ ਬਿਨ ਮਰ ਜੂੰਗੀ ਮੈਨੂੰ ਕਹਿੰਦੀ ਰਹਿੰਦੀ ਸੀ, ਤੇਰੇ ਬਿਨ ਮਰ ਜੂੰਗੀ ਮੈਨੂੰ ਕਹਿੰਦੀ ਰਹਿੰਦੀ ਸੀ। ਸਾਹਾਂ ਚੋਂ ਸਾਹ ਕੱਢਣ ਲੱਗੀ, ਰੁੱਖ ਪਿਆਰ ਦਾ ਵੱਢਣ ਲੱਗੀ, ਸਾਕ ਸ਼ਰੀਕੇ ਹੋਰ ਕਿਸੇ ਥਾਂ, ਸਾਕ ਸ਼ਰੀਕੇ ਹੋਰ ਕਿਸੇ ਥਾਂ ਜੋੜਨ ਲੱਗੀ ਸੀ, ਮੇਰੇ ਗਲੇ ਲੱਗ ਲੱਗ ਕੇ ਰੋਈ ਜਾਂਦਿਓ ਤੋੜਨ ਲੱਗੀ ਸੀ, ਮੇਰੇ ਗਲੇ ਲੱਗ ਲੱਗ ਕੇ ਰੋਈ ਜਾਂਦਿਓ ਤੋੜਨ ਲੱਗੀ ਸੀ। ਪਿਆਰੀ ਪਾਰੇ ਖੱਤ ਸਾਰੇ ਟੁਕੜੇ ਟੁਕੜੇ ਕਰਨ ਲੱਗੀ, ਮੇਰੀ ਚੋਲੀ ਖੁਸ਼ੀਆਂ ਦੀ ਥਾਂ ਦੁੱਖੜੇ ਭਰਨ ਲੱਗੀ, ਮੇਰੀ ਚੋਲੀ ਖੁਸ਼ੀਆਂ ਦੀ ਥਾਂ ਦੁੱਖੜੇ ਭਰਨ ਲੱਗੀ। ਫੋਟੋ ਸਾਡੀ ਪਾੜਤੀ ਉਹਨੇ, ਵਿੱਚ ਅੱਗ ਦੇ ਸਾੜਤੀ ਉਹਨੇ, ਖੋ ਕੇ ਛਲਾਗਾਨੀ ਮੈਨੂੰ, ਖੋ ਕੇ ਛਲਾਗਾਨੀ ਮੈਨੂੰ ਮੋੜਨ ਲੱਗੀ ਸੀ, ਮੇਰੇ ਗਲੇ ਲੱਗ ਲੱਗ ਕੇ ਰੋਈ ਜਾਂਦਿਓ ਤੋੜਨ ਲੱਗੀ ਸੀ, ਮੇਰੇ ਗਲੇ ਲੱਗ ਲੱਗ ਕੇ ਰੋਈ ਜਾਂਦਿਓ ਤੋੜਨ ਲੱਗੀ ਸੀ। ਕਿਉਂ ਬਾਈ, ਕੀ ਖਿਆਲ ਹੈ ਸਾਰਿਆਂ ਦਾ? ਅਤੇ ਇਹ ਭਰਾ ਹੈ, ਇਹ ਬਾਈ ਇਹ ਮਿਸਤਰੀ ਵੀ ਹੈ, ਘਰ ਵੀ ਬਣਾਉਂਦਾ ਅਤੇ ਗਾਉਂਦਾ ਵੀ ਹੈ ਨਾ। ਅਤੇ ਜੇ ਤੁਹਾਡੇ ਸਾਰਿਆਂ ਦੀ ਯੈੱਸ ਹੋਈ ਤਾਂ ਬਾਬੇ ਨੇ ਮਿਹਰ ਕੀਤੀ, ਤਾਂ ਆਪਾਂ ਵੀ ਬਾਈ ਦੇ ਨਾਲ ਹਾਂ। ਠੀਕ ਹੈ ਨਾ, ਜਿੰਨਾ ਵੀ ਆਪਣੇ ਤੋਂ ਜ਼ੋਰ ਲੱਗਿਆ ਆਪਾਂ ਲਾਵਾਂਗੇ ਭਰਾ ਵਿੱਚ, ਅਤੇ ਤੁਸੀਂ ਬਾਕੀ ਸਾਰੇ ਜਣੇ ਸਪੋਰਟ ਕਰੋ। ਤੇਰੀ ਇੰਸਟਾਗ੍ਰਾਮ ਆਈਡੀ ਹੈਗੀ? ਹਾਂ। ਕੀ ਹੈਗੀ ਆਈਡੀ? GS ਪੰਨੀ। ਲੈ ਆਪਣਾ ਮੈਨੂੰ ਦਿਖਾ ਦੇ ਇੱਕ ਵਾਰੀ ਖੋਲ੍ਹ ਕੇ ਆਈਡੀ। ਆਏ ਭਾਈ, ਇਹਦੀ ਆਈਡੀ ਹੈ ਬਾਈ ਦੀ GS_ਪੁੰਨੀ। ਸਾਰੇ ਜਣੇ ਬਾਈ ਨੂੰ ਫੋਲੋ ਕਰੋ, ਇਹਨੂੰ ਸਪੋਰਟ ਕਰੋ। ਬਾਕੀ ਅਸੀਂ ਤਾਂ ਹੈਗੇ ਹੀ ਹਾਂ ਬਾਈ ਨਾਲ, ਅਤੇ ਵੀ ਵਧੀਆ ਬੰਦੇ ਆ ਯਾਰ ਸਾਰੇ। ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪਿਆਰ ਦਿਆ ਕਰੋ ਅਤੇ ਸਪੋਰਟ ਕਰਿਆ ਕਰੋ ਇਹਨੂੰ, ਬਾਈ ਬਣੇ ਸਪੋਰਟ ਕਰੋ। ਅਤੇ ਬਾਕੀ ਬਾਈ ਦਾ ਵੀ ਗਾਣਾ ਆ ਰਿਹਾ ਛੇਤੀ, ਠੀਕ ਹੈ। ਉੱਧਰੋਂ ਮਨਜਿੰਦਰ ਮਾਖਾ ਜੀ ਕਹਿ ਰਿਹਾ, ਕਹਿੰਦਾ ਮੈਨੂੰ ਵੀ ਸ਼ੇਅਰ ਕਰਵਾ ਦਿਉ ਮੇਰਾ। ਮਨਜਿੰਦਰ ਮਾਖਾ ਜੀ ਨੇ ਬਲੱਡ ਲਾਈਨ ਲਿਖੀ ਹੈ, ਇਹ ਬਾਈ ਬੁੱਧੀਜੀਵੀਆਂ 'ਚੋਂ ਇੱਕ ਹੈ ਇਹ, ਅਤੇ ਇਹਨੂੰ ਵੀ ਫੋਲੋ ਕਰ ਲਓ Manjinder_Makha। ਇਹ ਨਾਲ ਜਿੰਨੀ ਪੜਾਸ ਕੱਢਣੀ ਤੁਸੀਂ ਕੱਢ ਸਕਦੇ ਹੋ, ਕਿਸ ਤਰ੍ਹਾਂ ਦੀ ਪੜਾਸ ਵੀ ਪਤਾ ਝੱਲੂਗਾ, ਕੋਈ ਦਿੱਕਤ ਵਾਲੀ। ਅਤੇ ਜਿਵੇਂ ਬਾਈ ਬਾਕੀ ਇਹਨਾਂ ਚੀਜ਼ਾਂ ਤੋਂ ਇੱਕ ਗੱਲ ਤਾਂ ਪਤਾ ਲੱਗਦੀ ਹੈ ਵੀ ਟੈਲੈਂਟ ਕਦੇ ਵੀ ਕਿਸੇ ਨਾਮ ਦਾ, ਜਾਤ ਦਾ, ਪਾਤ ਜਾਂ ਪਾਤ ਦਾ ਜਾਂ ਕਿਸੇ ਘਰ ਜਾਂ ਕਬੀਲ ਦਾ ਜਿਹੜਾ ਮੁਹਤਾਜ ਨਹੀਂ ਹੁੰਦਾ। ਵੀ ਜਿਹਨੇ ਕਹਿੰਦੇ ਹੁੰਦੇ ਨਹੀਂ, ਉੱਗਣ ਵਾਲੇ ਉੱਗ ਪੈਂਦੇ ਸੀਨੇ ਪਾਰ ਕੇ ਪੱਥਰਾਂ ਦੇ, ਠੀਕ ਹੈ ਨਾ। ਅਤੇ ਸਾਰੇ ਜਣੇ ਸਪੋਰਟ ਕਰਿਓ ਬਾਈ ਭਰਾ ਨੂੰ, ਆਪਣੀ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ। ਅਤੇ ਬਾਕੀ ਕੱਲ੍ਹ ਨੂੰ ਆਪਣਾ ਟੀਜ਼ਰ ਆ ਜਾਣਾ ਗਾਣੇ ਦਾ,
ਠੀਕ ਹੈ ਨਾਟਕ ਰੈਕਰਡਸ 'ਤੇ ਅਤੇ ਨਾਲੇ ਕੱਲ੍ਹ ਨੂੰ ਤੁਹਾਨੂੰ ਗਾਣੇ ਦਾ ਪਤਾ ਲੱਗ ਜੂ ਵੀ ਕਿਹੜਾ ਗਾਣਾ ਰਿਹਾ ਅਤੇ 3 ਤਰੀਕ ਨੂੰ ਗਾਣਾ ਆਜੂਗਾ ਠੀਕ ਹੈ ਅਤੇ ਬਾਕੀ ਸਾਰਿਆਂ ਨੂੰ ਲਵ ਯੂ ਆ ਖਿਆਲ ਰੱਖਿਓ ਬਈ ਆਪਣਾ ਧਿਆਨ ਰੱਖਿਓ ਠੀਕ ਹੈ ਅਤੇ ਸ਼ੇਕੇ ਨੂੰ ਇੱਕ ਵਾਰੀ ਹੈਪੀ ਬਰਥਡੇ ਫਿਰ ਕਹਿ ਦਿਓ ਸ਼ੁਕਰਾਨ ਬਈ ਸ਼ੁਕਰਾਨ ਸ਼ੁਕਰਾਨ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਵ ਯੂ